ਸਾਲ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਹੈ ਅਸੀਂ ਆਪਣਾ ਇਹਨਾਂ ਨੇ ਇੱਕ ਸਿਟੀ ਨੀਡਸ ਦਾ ਪਲੇਟਫਾਰਮ ਤਿਆਰ ਕੀਤਾ ਜਿਹਨਾਂ ਸਾਰੀਆਂ NGO ਸ਼ਹਿਰ ਦੀਆਂ ਜੋੜ ਦਿੱਤੀਆਂ ਅਤੇ ਉਹਦੇ 'ਚ ਪਹਿਲਾਂ ਇੱਕ NGO ਐਕਸਪੋ ਲਗਾਇਆ ਸੀਗਾ ਉਸ ਤੋਂ ਬੜੀ ਉਹਦੀ ਪਾਪੂਲੈਰਿਟੀ ਹੋਈ ਬੜਾ ਅੱਛਾ ਰਿਹਾ ਉਹਨੂੰ ਦੇਖਦੇ ਹੋਏ ਅਸੀਂ ਇਹ ਸੈਕਿੰਡ ਜਿਹੜਾ ਹੈ ਇਹ ਵਾਲਾ ਪੁਆਇੰਟ ਇਹ ਕਰ ਰਹੇ ਹਾਂ ਇਹਦੇ 'ਚ NGO ਦਾ ਜਿਹੜਾ ਹੈ ਇਹ ਪ੍ਰੋਡਕਟ ਜਿਹੜੇ ਬਣਾਉਂਦੇ ਨੇ ਕਈ NGO ਬਣਾਉਂਦੀਆਂ ਨੇ ਜਾਂ ਕਈ ਔਟਿਜ਼ਮ ਵਾਲੇ ਨੇ ਜਾਂ ਨੈਸ਼ਨਲ ਚਾਈਲਡ ਲੇਬਰ ਵਾਲੇ ਨੇ ਉਹਨਾਂ ਦੇ ਪ੍ਰੋਡਕਟ ਵਿਕਦੇ ਨਹੀਂ ਹੈ ਉਹਨਾਂ ਨੂੰ ਪ੍ਰਮੋਟ ਕਰਨ ਲਈ ਵੀ ਉਹਨਾਂ ਦੇ ਵਿਕਣ ਤਾਂ ਕਿ ਉਹਨਾਂ ਦੀ ਕੁਝ ਆਮਦਨੀ ਹੋਵੇ ਉਹਦੇ ਲਈ ਅਸੀਂ ਉਹਨਾਂ ਨੂੰ ਸਪੋਰਟ ਕਰਨ ਲਈ ਇਹ ਜਿਹੜਾ ਹੈ ਕਾਰਨੀਵਲ ਲਗਾਇਆ ਗਿਆ ਸਰ ਬੇਸਿਕਲੀ ਸਿਟੀ ਨੀਡਸ ਇੱਕ ਐਸਾ ਆਨਲਾਈਨ ਪਲੇਟਫਾਰਮ ਹੈ ਜਿਹੜਾ ਕਿ ਕਿਸੇ ਵੀ ਸ਼ਹਿਰ ਦੇ NGOs ਨੂੰ ਆਨਲਾਈਨ ਇੱਕ ਪਲੇਟਫਾਰਮ ਦੇ ਰਿਹਾ ਹੈਗਾ ਜਿਹਦੇ 'ਤੇ ਕਿ ਉਹ ਆਪਣੇ ਪ੍ਰੋਜੈਕਟਸ ਬਾਰੇ ਆਪਣੀ ਰਿਕੁਆਇਰਮੈਂਟਸ ਲਈ ਔਰ ਐਕਟੀਵਿਟੀਜ਼ ਬਾਰੇ ਲਿਖ ਦਿੰਦੇ ਆ ਸ਼ੋਕੇਸ ਕਰ ਦਿੰਦੇ ਆ ਕਿਉਂਕਿ ਸ਼ਹਿਰ ਦੇ ਵਿੱਚ ਸਮੱਸਿਆ ਜਿਹੜੀ ਅਸੀਂ ਦੇਖੀ ਹੋਈ ਹੈ ਕਿ ਦੇਣ ਵਾਲੇ ਬਹੁਤ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅੱਜ ਇਸ ਵੇਲੇ ਮੌਕੇ ਦੇ ਉੱਪਰ ਜ਼ਰੂਰਤ ਕਿਹਨੂੰ ਕਿਸ ਜਗ੍ਹਾ 'ਤੇ ਹੈਗੀ ਹੈ ਕਿਸ ਚੀਜ਼ ਦੀ ਹੈ ਅਤੇ ਜਿਹਨੂੰ ਜ਼ਰੂਰਤ ਹੁੰਦੀ ਹੈ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੀ ਹੈਲਪ ਕਰ ਕੌਣ ਸਕਦਾ ਸੋ ਅੱਜ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਅਸੀਂ ਇਹ ਇੱਕ ਪਲੇਟਫਾਰਮ ਬਣਾਇਆ ਵੀ ਜਿਹੜੇ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਚਾਹੇ ਰਾਸ਼ਨ ਵੱਲੋਂ ਜਾਂ ਕੱਪੜੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋ ਸਕਦੀ ਹੈ ਉਹ ਕੰਸਰਨ NGO ਕੋਲ ਜਾਣ ਆਪਣੀ ਉਹਨਾਂ ਦੀ ਰਿਕੁਆਇਰਮੈਂਟ ਨੂੰ ਸਟੱਡੀ ਕੀਤਾ ਜਾਂਦਾ ਸਟੱਡੀ ਕਰਕੇ ਆਨਲਾਈਨ ਪਾਇਆ ਜਾਂਦਾ ਔਰ ਡੋਨਰਸ ਕੋਲ ਆਟੋਮੈਟਿਕਲੀ ਇੰਟੀਮੇਸ਼ਨ ਪਹੁੰਚ ਜਾਂਦੀ ਹੈ ਕਿ ਇਹ ਬੰਦੇ ਨੂੰ ਜ਼ਰੂਰਤ ਹੈਗੀ ਹੈ ਸੋ ਜੇ ਡੋਨਰ ਨੂੰ ਠੀਕ ਲੱਗਦਾ ਹੈ ਉਹ ਕੁਝ ਕੰਟਰੀਬਿਊਟ ਕਰਨਾ ਚਾਹੁੰਦਾ ਹੈ ਤਾਂ ਉਹ ਆਨਲਾਈਨ ਹੀ ਮਤਲਬ ਜਾਂ ਤਾਂ ਡੋਨੇਸ਼ਨ ਦੇ ਸਕਦਾ ਹੈ ਜਾਂ ਫਿਜ਼ੀਕਲੀ ਜੋ ਵੀ ਉਹਨੂੰ ਸਮਾਨ ਦੇਣਾ ਚਾਹੁੰਦਾ ਜਾਂ ਬਲੱਡ ਡੋਨੇਟ ਕਰਨਾ ਚਾਹੁੰਦਾ ਸੋ ਬੇਸਿਕਲੀ ਅਸੀਂ ਇੱਕ ਮੈਚ ਮੇਕਿੰਗ ਕਰ ਰਹੇ ਹਾਂ ਕਿ ਸ਼ਹਿਰ ਦੇ ਲੋਕ ਹੀ ਦੂਜੇ ਬੰਦਿਆਂ ਦੀ ਹੈਲਪ ਕਰਨ ਸੋ ਇਹ ਟੈਕਨੋਲੋਜੀ ਪਲੇਟਫਾਰਮ ਹੈ ਜਿਹੜਾ ਕਿ SaaS ਮਾਡਲ 'ਤੇ ਆਲ ਓਵਰ ਇੰਡੀਆ ਚੱਲੇਗਾ ਸਾਡੇ ਬਾਕੀ ਜਗ੍ਹਾ ਵੀ ਚੈਪਟਰਸ ਓਪਨ ਅਪ ਹੋ ਰਹੇ ਹੈ ਜਿਸ ਤਰ੍ਹਾਂ ਮੈਂਗਲੌਰ ਔਰ ਉਡੀਪੀ ਦੇ ਵਿੱਚ ਚੈਪਟਰਸ ਓਪਨ ਅਪ ਹੋ ਚੁੱਕੇ ਹੈ ਨਾਗਪੁਰ ਦੇ ਵਿੱਚ ਚੈਪਟਰ ਓਪਨ ਹੋ ਰਿਹਾ Today we are showcasing different art and craft products all made by young children part of Veda Tiyadi and they have made it all on their own talents they are showcasing today with the help of City Needs and the NGO Carnival some Veda Tiyada ek project hai jo Ludhiana police ke sath hum log kar rahe hain iske sath sath hum log bahut sare activities karte hain jahan environment sustainability ke liye aur micro forest humne Dr. Mr. Rohit Mehra ke sath humne इकट्ठे मिलके बहुत सारे प्लांट्स प्लांट करे हैं ट्री प्लांटेशन ड्राइव्स हुई हैं और फूड डिस्ट्रीब्यूशन ड्राइव्स हुई हैं City Needs, as the name suggests, has always been there for the city. We've seen their good work throughout COVID times and even before that and even now. They're doing a wonderful job. You know, I think it's a great service, you know, when you get together the top NGOs of the city involving the administration, the government, you know, really creating a platform where everyone comes together and also creates revenue for the NGOs. It's amazing. Manish ji deserves all accolades. Not just Manish ji, his team members, you know, all of them, all of the people, all of the NGOs who support him, who stand by him, you know, even the administration, they've been very cooperative and it's wonderful that, you know, they've chosen Sarabhanagar Market to do this wonderful thing. जुगनू क्लब हमारा NGO है हम बच्चों के साथ काम करते हैं गवर्नमेंट स्कूल के बच्चों के साथ काम करते हैं हम उनकी स्किल्स पे काम करते हैं तो यहाँ पर हमने आज वुडन सामान प्लेस किया है ये सब कुछ वेस्ट वुड में से बना हुआ है खुद विशाल ने बनाया है और हम इसमें से कुछ शेयर और ऐसे बच्चों की हेल्प करने में लगाएंगे और बाकी शेयर इसके साथ जाएगा